ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਪੰਜਾਬੀ ਲੋਕ ਗਾਇਕ ਸੁਖਵਿੰਦਰ ਪੰਛੀ। ਮੇਰੇ ਉਸਤਾਦ ਜੀ ਸ਼੍ਰੀ ਕੁਲਦੀਪ ਮਾਣਕ ਜੀ, ਕਲੀਆਂ ਦੇ ਬਾਦਸ਼ਾਹ, ਜਿਨ੍ਹਾਂ ਨੇ ਜੋ ਵੀ ਗਾਇਆ ਲੋਕਾਂ ਨੇ ਪਿਆਰ ਦਿੱਤਾ, ਬਹੁਤ ਮੁਹੱਬਤ ਦਿੱਤੀ ਆ। ਸਾਡੀ ਵੀ ਇਹੀ ਕੋਸ਼ਿਸ਼ ਆ ਕਿ ਅਸੀਂ ਆਪਣੇ ਉਸਤਾਦ ਜੀ ਸ਼੍ਰੀ ਕੁਲਦੀਪ ਮਾਣਕ ਜੀ ਦੇ ਪਾਏ ਹੋਏ ਪੂਰਨਿਆਂ 'ਤੇ ਚੱਲ ਕੇ, ਉਹਨਾਂ ਦੇ ਰਸਤੇ 'ਤੇ ਚੱਲ ਕੇ ਸਾਫ਼ ਸੁਥਰੇ ਗੀਤ ਤੁਹਾਡੀ ਨਜ਼ਰ ਕਰੀਏ। ਦੋਸਤੋ, ਮੈਂ ਧੰਨਵਾਦੀ ਹਾਂ ਸ਼੍ਰੀ ਕੁਲਦੀਪ ਮਾਣਕ ਜੀ ਦਾ, ਔਰ ਮੇਰਾ ਪਰਮ ਮਿੱਤਰ ਰਣਜੀਤ ਜੱਸਲ ਜੂਕੇ ਤੋਂ, ਦੇਸੀ ਡਾਰਕ ਚਾਈਲਡ ਵਾਲੇ, ਜਿਨ੍ਹਾਂ ਨਵੀਂ ਐਲਬਮ ਤਿਆਰ ਕੀਤੀ ਆ, ਉਹਦੇ ਵਿੱਚ ਮੇਰੇ 4 ਗੀਤ ਉਹਨਾਂ ਨੇ ਪਾਏ ਆ। ਉਹਨਾਂ 4 ਗੀਤਾਂ ਦੇ ਕੁਛ ਮੁਖੜੇ ਤੁਹਾਡੀ ਨਜ਼ਰ ਕਰਾਂ। ਉਹ ਪੜ ਕੇ ਵੇਖ ਤਾਂ ਬੋਤਲ ਉੱਤੇ ਕਿਹੜਾ ਮਾਰ ਕੇ ਆ, ਦਾਰੂ ਪੀਣੀ ਸਿਹਤ ਵਾਸਤੇ ਹਾਨੀਕਾਰ ਕੇ ਆ, ਪਰ ਫਿਰ ਵੀ ਦਾਰੂ ਅਸੀਂ ਗਲਾਸਾਂ ਦੇ ਵਿੱਚ ਪਾ ਲਈ ਦੀ, ਜਦੋਂ ਯਾਦ ਸੱਜਣ ਦੀ ਆਵੇ ਉਦੋਂ ਗਲਾਸੀ ਲਾ ਲਈ ਦੀ, ਜਦੋਂ ਯਾਦ ਸੱਜਣ ਦੀ ਆਵੇ ਉਦੋਂ ਗਲਾਸੀ ਲਾ ਲਈ ਦੀ। ਇਹ ਦੋਸਤੋ ਮੇਰਾ ਗੀਤ ਹੈ। ਅਗਲਾ ਗੀਤ ਤੁਹਾਡੀ ਨਜ਼ਰ ਕਰਾਂ ਭੰਗੜੇ ਵਾਲਾ। ਪੰਜਾਬ ਦੇ ਗੱਭਰੂ ਜਿੱਥੇ ਵੀ ਜਾਂਦੇ ਆ, ਮੇਲੇ 'ਤੇ ਜਾਣ, ਵਿਆਹ 'ਤੇ ਜਾਣ, ਕਿਸੇ ਪਾਰਟੀ 'ਤੇ ਜਾਣ, ਜਾਂ ਕਲੱਬ 'ਚ ਜਾਣ, ਜਾਂ ਨਾਈਟ ਕਲੱਬ 'ਚ ਜਾਣ, ਜਾਂ ਡੇ ਕਲੱਬ 'ਚ ਜਾਣ, ਉੱਥੇ ਜਾ ਕੇ ਭੰਗੜਾ ਜ਼ਰੂਰ ਪਾਉਂਦੇ ਆ। ਦੋਸਤੋ, ਭੰਗੜੇ ਵਾਲਾ ਗੀਤ ਤੁਹਾਡੀ ਨਜ਼ਰ ਕਰ ਰਿਹਾ। ਬੋਚ ਬੋਚ ਧਰਤੀ 'ਤੇ ਰੱਖਦੇ ਨੇ ਪੱਬ, ਸੋਹਣੇ ਲੱਗਦੇ ਨੇ ਫੁੱਲ ਇਹ ਗੁਲਾਬ ਦੇ, ਕਿੰਨਾ ਸੋਹਣਾ ਨੱਚਦੇ ਨੇ ਗੱਭਰੂ, ਗੱਭਰੂ ਵੇ ਰੰਗਲੇ ਪੰਜਾਬ ਦੇ, ਹਾਂ ਕਿੰਨਾ ਸੋਹਣਾ ਨੱਚਦੇ ਨੇ ਗੱਭਰੂ, ਗੱਭਰੂ ਵੇ ਰੰਗਲੇ ਪੰਜਾਬ ਦੇ। ਰੰਗਲੇ ਪੰਜਾਬ ਦੇ ਗੱਭਰੂ ਹਮੇਸ਼ਾ ਨੱਚਦੇ ਰਹਿੰਦੇ ਆ। ਕੋਈ ਖੁਸ਼ੀ ਹੋਵੇ, ਕੋਈ ਵਿਆਹ ਹੋਵੇ, ਕੋਈ ਮੇਲਾ ਹੋਵੇ, ਕਿਸੇ ਵੀ ਪਾਰਟੀ 'ਤੇ ਜਾ ਕੇ ਭੰਗੜਾ ਪਾਉਂਦੇ ਆ। ਤੁਸੀਂ ਵੀ ਸਾਡੇ ਗੀਤਾਂ 'ਤੇ ਭੰਗੜਾ ਪਾਉਣਾ, ਸਾਨੂੰ ਆਸ ਹੈ, ਉਮੀਦ ਹੈ ਕਿ ਤੁਸੀਂ ਸਾਡੇ ਗੀਤਾਂ ਨੂੰ ਬਹੁਤ ਸਾਰਾ ਪਿਆਰ ਦਿਓਗੇ। ਰੱਬ ਰਾਖਾ ਦੋਸਤੋ, ਧੰਨਵਾਦ ਤੁਹਾਡਾ, ਔਰ ਧੰਨਵਾਦ ਰਣਜੀਤ ਜੱਸਲ ਦਾ, ਜਿਹਨੇ ਮੇਰੇ ਨਵੇਂ ਗੀਤ ਪਿਆਰ ਕੀਤੇ ਆ। ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਮੇਰੇ ਵੱਲੋਂ, ਰੱਬ ਰਾਖਾ।